हां जी दोस्तों इस वेले दी सब तो बड्डी खबर है ਤੁਹਾਨੂੰ ਦੱਸਿਏ ਕਿ ਹੁਣੇ-ਹੁਣੇ ਸੀਐਮ ਭਗਵੰਤ ਮਾਨ ਨੇ 1 ਕਿਲੋ 62 ਲੋਡ ਵਾਲੇ ਮੀਟਰਾਂ ਦੇ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ ਦਮਾਂਗੇ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਦੇ ਰਹੋ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਨਵੀਂ ਅਪਡੇਟ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਦੋਸਤੋ ਪਿੱਛੇ ਹੀ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨੇ ਵੋਟਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਨਾਲ 300 ਯੂਨਟ ਮੁਫਤ ਬਿਜਲੀ ਦਾ ਐਲਾਨ ਕੀਤਾ ਸੀ ਕੁੱਲ ਮਿਲਾ ਕੇ 2 ਮਹੀਨਿਆਂ ਦੀ 600 ਯੂਨਟ ਦਾ ਬਿੱਲ ਕਿਸੇ ਵੀ ਪਰਿਵਾਰ ਨੂੰ ਚਾਹੇ ਜਰਨਲ ਐਸੀਬੀਸੀ ਪੰਜਾਬ ਦੇ ਵਿੱਚ ਰਹਿਣ ਵਾਲੇ ਕਿਸੇ ਵੀ ਬੰਦੇ ਨੂੰ 600 ਯੂਨਟ ਤੱਕ ਕੋਈ ਵੀ ਬਿਜਲੀ ਬਿੱਲ ਨਹੀਂ ਦੇਣਾ ਪਵੇਗਾ ਇਸ ਦਾ ਐਲਾਨ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ 1 ਜੁਲਾਈ ਨੂੰ ਕਰਤਾ ਸੀ ਆਪਣਾ ਚੋਣਵਾਦਾ ਜਾਂ ਫਿਰ ਗਰੰਟੀ ਕਹਿਦੀ ਏ ਉਹ ਭਗਵੰਤ ਮਾਨੂਰੀਆ ਨੇ ਪੂਰੀ ਕਰਤੀ ਸੀ ਪਰ ਚੋਣਾਂ ਦੇ ਦੌਰਾਨ ਇਸ ਗਰੰਟੀ ਦੇ ਲਈ ਇੱਕ ਸ਼ਰਤ ਰੱਖੀ ਗਈ ਸੀ ਉਹ ਸ਼ਰਤ ਇਹ ਸੀ ਕਿ 1 ਕਿਲੋਵਾਟ ਜਿਨ੍ਹਾਂ ਦੇ ਮੀਟਰਾਂ ਦਾ ਲੋਡ ਹੋਵੇਗਾ ਉਹਨਾਂ ਦਾ ਹੀ 300 ਯੂਨਟ ਮਾਫ ਕੀਤੀ ਜਾਵੇਗੀ ਹਰ ਹੁਣ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 1 ਕਿਲੋਵਾਟ ਤੋਂ ਵੱਧ ਜਾਂ ਫਿਰ 2 3 4 5 ਜਿੰਨਾ ਵੀ ਲੋਡ ਹੋਵੇ ਉਹਨਾਂ ਦਾ ਵੀ 300 ਯੂਨਟ ਮਾਫ ਕੀਤਾ ਜਾਵੇਗਾ ਪਹਿਲਾਂ ਇਹ ਜੋ ਸਕੀਮ ਸੀ 1 ਕਿਲੋਵਾਟ ਲੋਡ ਦੇ ਮੀਟਰਾਂ ਵਾਲਿਆਂ ਵਾਸਤੇ ਹੀ ਸੀ ਪਰ ਹੁਣ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉੱਪਰ ਜਿੰਨਾ ਵੀ ਲੋਡ 3 4 5 ਲੋਡ ਮੀਟਰ ਦਾ ਹੋਵੇ ਉਹਨਾਂ ਦੀ ਵੀ 2 ਮਹੀਨਿਆਂ ਦੀ 600 ਯੂਨਟ 1 ਮਹੀਨੇ ਦੀ 300 ਯੂਨਟ ਮਾਫ ਕੀਤੀ ਜਾਵੇਗੀ ਉਹਨਾਂ ਨੂੰ ਵੀ 300 ਤੱਕ ਕੋਈ ਵੀ ਬਿਜਲੀ ਦਾ ਬਿੱਲ ਨਹੀਂ ਭਰਨਾ ਪਵੇਗਾ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ 2 ਮਹੀਨਿਆਂ ਦਾ ਬਿੱਲ 600 ਯੂਨਟ ਤੋਂ ਉੱਪਰ ਟੱਪਦਾ ਉਹਨਾਂ ਦਾ ਲੋਡ ਚਾਹੇ 1 ਕਿਲੋਵਾਟ ਹੈ ਚਾਹੇ 2 ਕਿਲੋਵਾਟ ਹੈ ਚਾਹੇ 5 ਕਿਲੋਵਾਟ ਹੈ ਉਹਨਾਂ ਨੂੰ 600 ਉੱਪਰ ਜੇ ਬਿੱਲ ਟੱਪਦਾ ਤਾਂ ਸਾਰੀਆਂ ਜੂਨਟਾਂ ਦਾ ਹੀ ਬਿੱਲ ਭਰਨਾ ਪਵੇਗਾ ਜੇ 2 ਮਹੀਨਿਆਂ ਦਾ ਬਿੱਲ 600 ਤੋਂ ਥੱਲੇ ਰਹਿੰਦਾ ਤਾਂ ਉਹਨਾਂ ਦਾ ਬਿੱਲ ਮਾਫ ਕੀਤਾ ਜਾਵੇਗਾ ਏਸ ਇਸ ਵੇਲੇ ਦੀ ਵੱਡੀ ਅਪਡੇਟ ਜੇ ਜਾਣਕਾਰੀ ਵਧੀਆ ਲੱਗੀ ਅੱਗੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਸਾਡੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਕੰਟੀਨਿਊ ਵੀ ਧੰਨਵਾਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਅਪਡੇਟ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਧੰਨਵਾਦ